ਸੱਚੀ ਅਕਾਲ ਚੈਨਲ ਸ਼ਬਦ ਹੁਲਾਰੇ ਵਿੱਚ ਤੁਹਾਡਾ ਸਵਾਗਤ ਹੈ ਪਿਆਰੇ ਬੱਚਿਓ ਅੱਜ ਅਸੀਂ ਕਰਾਂਗੇ ਸ਼ਬਦ ਦੀ ਪਰਿਭਾਸ਼ਾ ਅਤੇ ਨਾਲ ਹੀ ਕਰਾਂਗੇ ਸਾਰਥਿਕ ਸ਼ਬਦ ਅਤੇ ਨਿਰਾਰਥਿਕ ਸ਼ਬਦ ਸਭ ਤੋਂ ਪਹਿਲਾਂ ਸ਼ਬਦ ਵਰਣ ਲਗਾ ਅਤੇ ਲਗਾਖਰ ਦੇ ਮੇਲ ਨਾਲ ਸ਼ਬਦ ਬਣਦਾ ਹੈ ਸ਼ਬਦ ਵੱਡੇ ਤੋਂ ਵੱਡਾ ਵੀ ਹੋ ਸਕਦਾ ਹੈ ਅਤੇ ਛੋਟਾ ਵੀ ਹੋ ਸਕਦਾ ਹੈ ਜਿਵੇਂ ਐੜੇ ਦਲਾਈਆਂ ਨੰਨਾ ਕੱਕਾ ਐਨਕ ਕੱਕੇ ਔਂਕੜ ਰਾਰਾ ਸਸੇ ਬਿਆਰੀ ਕੁਰਸੀ ਟੈਂਕਾ ਮੰਮੇ ਕੰਨਾ ਟੈਂਕਾ ਰਾਰਾ ਟਮਾਟਰ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਹਨ ਸਾਰਥਿਕ ਸ਼ਬਦ ਅਤੇ ਨਿਰਾਰਥਿਕ ਸ਼ਬਦ ਸਭ ਤੋਂ ਪਹਿਲਾਂ ਸਾਰਥਿਕ ਸ਼ਬਦ ਕੋਈ ਅਰਥ ਰੱਖਣ ਵਾਲੇ ਸ਼ਬਦ ਨੂੰ ਸਾਰਥਿਕ ਸ਼ਬਦ ਆਖਦੇ ਹਨ ਸ਼ਬਦਾਂ ਤੋਂ ਹੀ ਵਾਕ ਬਣਦੇ ਹਨ ਜਿਵੇਂ ਅਸੀਂ ਬਾਜ਼ਾਰ ਜਾਵਾਂਗੇ ਮੇਰੇ ਪਿਤਾ ਜੀ ਅਧਿਆਪਕ ਹਨ ਮੇਰੇ ਦੋਸਤ ਫਿਲਮ ਦੇਖਣ ਜਾ ਰਹੇ ਹਨ ਅਤੇ ਸविता ਨੂੰ ਲਿਖਣਾ ਨਹੀਂ ਆਉਂਦਾ ਨਿਰਾਰਥਕ ਸ਼ਬਦ ਕੋਈ ਅਰਥ ਨਾ ਰੱਖਣ ਵਾਲੇ ਸ਼ਬਦ ਨੂੰ ਨਿਰਾਰਥਕ ਸ਼ਬਦ ਆਖਦੇ ਹਨ ਅਸੀਂ ਹੇਠ ਲਿਖੇ ਵਾਕਾਂ ਵਿੱਚ ਨਿਰਾਰਥਕ ਸ਼ਬਦਾਂ ਦੀ ਵਰਤੋਂ ਵੇਖਦੇ ਹਾਂ ਅਸੀਂ ਬਾਜ਼ਾਰ ਬਜੂਰ ਜਾਵਾਂਗੇ ਮੇਰੇ ਪਿਤਾ ਜੀ ਅਧਿਆਪਕ ਅਧਿਉਪਕ ਹਨ ਮੇਰੇ ਦੋਸਤ ਫਿਲਮ ਫਲਮ ਦੇਖਣ ਜਾ ਰਹੇ ਹਨ ਸविता ਨੂੰ ਲਿਖਣਾ ਲੁਖਣਾ ਨਹੀਂ ਆਉਂਦਾ ਉਪਰੋਕਤ ਵਾਕਾਂ ਵਿੱਚ ਬਜੂਰ ਅਧੂਪਕ ਫਾਲਮ ਲੁਖਣਾ ਸ਼ਬਦ ਨਿਰਾਰਥਕ ਹਨ ਇਹਨਾਂ ਸ਼ਬਦਾਂ ਦਾ ਕੋਈ ਮਤਲਬ ਨਹੀਂ ਪ੍ਰੰਤੂ ਇਹਨਾਂ ਨੇ ਸਾਰਥਿਕ ਸ਼ਬਦਾਂ ਨਾਲ ਆ ਕੇ ਆਪਣਾ ਪ੍ਰਭਾਵ ਜਮਾਇਆ ਹੈ ਯਾਦ ਰੱਖੇ ਇਹਨਾਂ ਸ਼ਬਦਾਂ ਦੀ ਵਰਤੋਂ ਇਕੱਲੇ ਰੂਪ ਵਿੱਚ ਨਹੀਂ ਹੋ ਸਕਦੀ ਸਾਰਥਿਕ ਸ਼ਬਦਾਂ ਦੇ ਅੱਗੇ 8 ਭੇਦ ਹਨ ਨਾਮ ਪੜਨਾਵ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਵਿਸਮਿਕ ਅਸੀਂ ਅਗਲੀ ਵੀਡੀਓ ਵਿੱਚ ਇਹਨਾਂ ਬਾਰੇ ਵਿਸਤਾਰ ਸਹਿਤ ਚਰਚਾ ਕਰਾਂਗੇ ਇਹ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਹੈ